ਸਤਿ ਸ਼੍ਰੀ ਅਕਾਲ ਜੀ। GHG ਖਾਲਸਾ ਕਾਲਜ ਆਫ ਐਜੂਕੇਸ਼ਨ ਵੱਲੋਂ ਇੱਕ WhatsApp ਦੇ ਰਾਹੀਂ ਤੁਹਾਡੇ ਤੱਕ ਇੱਕ ਇਨਵੀਟੇਸ਼ਨ ਪਹੁੰਚਿਆ ਮਿੰਨੀ ਕਹਾਣੀ ਦਾ, ਸ਼ਾਰਟ ਸਟੋਰੀ ਇਨ ਪੰਜਾਬੀ। ਉਸੇ ਦੇ ਸੰਦਰਭ ਦੇ ਵਿੱਚ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਸ ਕੰਪੀਟੀਸ਼ਨ ਦੇ ਵਿੱਚ ਤਿੰਨ ਕੈਟੇਗਰੀਜ਼ ਨੇ, 18 ਸਾਲ ਤੋਂ ਨੀਚੇ, 18 ਤੋਂ 35 ਸਾਲ ਅਤੇ 35 ਸਾਲ ਤੋਂ ਉੱਪਰ, ਤਿੰਨ ਵਰਗਾਂ ਦੇ ਵਿੱਚ ਇਹ ਕੰਪੀਟੀਸ਼ਨ ਹੋ ਰਿਹਾ। ਸੋ ਮੈਨੂੰ ਲੱਗਦਾ ਕਿ ਹਰ ਇੱਕ ਵਿਅਕਤੀ ਇਸ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰ ਸਕਦਾ। ਸੋ ਵੀ ਰਿਕੁਐਸਟ ਆਲ ਦਾ ਟੀਚਰਸ ਐਂਡ ਸਟੂਡੈਂਟਸ ਐਂਡ ਦੇਅਰ ਪੇਰੈਂਟਸ ਟੂ ਪਾਰਟਿਸਿਪੇਟ ਇਨ ਸ਼ਾਰਟ ਸਟੋਰੀ ਰਾਈਟਿੰਗ ਕੰਪੀਟੀਸ਼ਨ ਇਨ ਪੰਜਾਬੀ ਲੈਂਗੁਏਜ। ਬਹੁਤ ਸਾਰੀਆਂ ਕਹਾਣੀਆਂ ਇੱਕ ਦਿਨ ਦੇ ਵਿੱਚ ਸਾਡੇ ਕੋਲ ਪਹੁੰਚੀਆਂ ਵੀ ਨੇ, ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਲੇਕਿਨ ਉਸਦੇ ਨਾਲ ਨਾਲ ਮਿੰਨੀ ਕਹਾਣੀ ਦੇ ਕੰਟੈਕਸਟ ਦੇ ਵਿੱਚ ਕੁਝ ਪ੍ਰਸ਼ਨ ਵੀ ਸੀ। ਉਹਨਾਂ ਪ੍ਰਸ਼ਨਾਂ ਦਾ ਇੱਕ ਤਾਂ ਜਵਾਬ ਇਸ ਵੀਡੀਓ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਜਿੰਨੀਆਂ ਵੀ ਐਂਟਰੀਜ਼ ਆਉਣ ਉਹ ਪਹਿਲਾਂ ਹੀ ਫਿਲਟਰ ਹੋ ਕੇ ਆ ਜਾਣ। ਇਹਦੇ ਵਾਸਤੇ ਸਾਡੇ GHG ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਜਗਜੀਤ ਸਿੰਘ ਜੀ, ਉਹ ਤੁਹਾਡੇ ਨਾਲ ਹੁਣੇ ਮਿੰਨੀ ਕਹਾਣੀ ਦੇ ਸੰਦਰਭ 'ਚ ਆਪਣੇ ਵਿਚਾਰ ਸਾਂਝੇ ਕਰਨਗੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ COVID-19 ਦੇ ਸਮੇਂ ਜਦੋਂ ਅਖਬਾਰਾਂ ਤੋਂ, ਨਿਊਜ਼ ਚੈਨਲਸ ਤੋਂ ਸਾਨੂੰ ਬਹੁਤ ਸਾਰੀਆਂ ਨਕਾਰਾਤਮਕ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ, ਅਸੀਂ ਆਪਣੀ ਮਾਨਸਿਕ ਸਿਹਤ ਨੂੰ ਵਧੀਆ ਬਣਾ ਕੇ ਰੱਖਾਂਗੇ ਅਤੇ ਇਸ ਨੈਗੇਟਿਵਿਟੀ ਦੇ ਸਮੇਂ ਵੀ ਐਜ਼ ਅ ਟੀਚਰ ਪੋਜ਼ਿਟਿਵ ਸੋਚਾਂਗੇ ਅਤੇ ਸਾਡੇ ਬੱਚਿਆਂ ਅੰਦਰ ਵੀ ਉਸੇ ਸਕਾਰਾਤਮਕ ਸੋਚ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਾਂਗੇ। ਸੋ GHG ਖਾਲਸਾ ਕਾਲਜ ਵੱਲੋਂ ਇੱਕ ਛੋਟੀ ਜਿਹੀ ਕੀਤੀ ਹੋਈ ਕੋਸ਼ਿਸ਼ ਨੂੰ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੀ ਪੂਰਾ ਕੀਤਾ ਜਾ ਸਕਦਾ। ਸੋ ਵੀ ਹੰਬਲੀ ਰਿਕੁਐਸਟ ਆਲ ਦਾ ਸਕੂਲ ਟੀਚਰਸ, ਕਾਲਜ ਟੀਚਰਸ ਟੂ ਪਾਰਟੀਸਪੇਟ ਇਨ ਦਿਸ ਸਮਾਲ ਇਨੀਸ਼ੀਏਟਿਵ ਆਫ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ। ਸਭ ਨੂੰ ਅਦਬ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਸੀਂ ਸਾਰੇ ਕੋਰੋਨਾ ਨਾਂ ਦੇ ਵਾਇਰਸ ਨਾਲ ਇਸ ਤਰ੍ਹਾਂ ਜੂਝ ਰਹੇ ਹਾਂ ਕਿ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਬੰਦ ਕਰ ਰੱਖਿਆ ਤੇ ਇਸ ਮਾਹੌਲ ਦੇ ਵਿੱਚ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੁਝ ਨਾ ਕੁਝ ਸਿੱਖੀਏ ਅਤੇ ਕੁਝ ਨਾ ਕੁਝ ਸਿਖਾਈਏ। ਆਨਲਾਈਨ ਕਲਾਸਾਂ, ਆਨਲਾਈਨ ਪ੍ਰੀਖਿਆਵਾਂ ਹਰ ਥਾਂ ਤੇ ਚੱਲ ਰਹੀਆਂ ਨੇ ਤੇ ਇਸੇ ਕੋਸ਼ਿਸ਼ ਦੇ ਵਿੱਚ GHG ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਇੱਕ ਉਪਰਾਲਾ ਕੀਤਾ ਆਨਲਾਈਨ ਮਿੰਨੀ ਕਹਾਣੀ ਮੁਕਾਬਲੇ ਦਾ। ਇਹ ਜਿਹੜਾ ਮਿੰਨੀ ਕਹਾਣੀ ਮੁਕਾਬਲਾ ਹੈ, ਇਹਦੇ ਵਿੱਚ ਹਰ ਵਿਦਿਆਰਥੀ ਤੇ ਹਰ ਇੱਕ ਉਹ ਬੰਦਾ ਜਿਹੜਾ ਕਿਸੇ ਸਕੂਲ ਜਾਂ ਕਾਲਜ ਨਹੀਂ ਪੜ੍ਹ ਰਿਹਾ, ਕੋਈ 70 ਸਾਲ ਦਾ, 80 ਸਾਲ ਦਾ, ਕੋਈ ਵੀ ਵਿਅਕਤੀ ਭਾਗ ਲੈ ਸਕਦਾ। ਤੇ ਮਿੰਨੀ ਕਹਾਣੀ ਕੀ ਹੁੰਦੀ ਹੈ ਤੇ ਉਹਦੇ ਵਿੱਚ ਕੀ ਹੋਣਾ ਚਾਹੀਦਾ, ਇਹਦੇ ਬਾਰੇ ਮੈਂ ਥੋੜਾ ਬਾਅਦ ਦੇ ਵਿੱਚ ਚਰਚਾ ਕਰਾਂਗਾ। ਸੰਖੇਪ ਦੇ ਵਿੱਚ ਦੱਸਦੇ ਹਾਂ ਕਿ ਇਹਦੇ ਵਿੱਚ ਕੀ ਕੀ ਹੋਣਾ ਚਾਹੀਦਾ ਤੇ ਉਹਦੇ ਜਿਹੜੇ ਨਿਯਮ ਨੇ ਉਹ ਕਿਹੜੇ ਕਿਹੜੇ ਨੇ। ਇੱਕ ਤਾਂ ਇਹ ਹੈ ਕਿ ਮਿੰਨੀ ਕਹਾਣੀ ਪੰਜਾਬੀ 'ਚ ਹੀ ਹੋਣੀ ਚਾਹੀਦੀ ਹੈ। ਦੂਜਾ ਇਹ ਹੈ ਕਿ ਮਿੰਨੀ ਕਹਾਣੀ ਜਿਹੜੀ ਹੈ ਉਹ ਖੁਦ ਦੀ ਲਿਖੀ ਹੋਈ ਹੋਣੀ ਚਾਹੀਦੀ ਹੈ, ਉਹਦੇ ਵਿੱਚ ਮੌਲਿਕਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਉਹ ਕਿਤੇ ਵੀ ਕਿਸੇ ਵੀ ਅਖਬਾਰ, ਰਸਾਲੇ ਜਾਂ ਕਿਸੇ ਵੀ ਹੋਰ ਥਾਂ ਤੇ ਛਪੀ ਨਾ ਹੋਵੇ। ਅਗਲਾ ਇਹ ਹੈ ਕਿ ਇਸ ਨੂੰ, ਇਸ ਜਿਹੜੀ ਪ੍ਰਤੀਯੋਗਤਾ ਹੈ, ਇਸ ਨੂੰ ਅਸੀਂ ਤਿੰਨ ਗਰੁੱਪਾਂ ਦੇ ਵਿੱਚ ਵੰਡਿਆ ਹੈ। ਪਹਿਲੇ ਗਰੁੱਪ ਦੇ ਵਿੱਚ 18 ਸਾਲ ਤੋਂ ਘੱਟ, ਦੂਜੇ ਗਰੁੱਪ ਦੇ ਵਿੱਚ 18 ਤੋਂ ਲੈ ਕੇ 35 ਸਾਲ ਤੱਕ ਦੇ ਲੋਕ ਤੇ ਤੀਜੇ ਦੇ ਵਿੱਚ 35 ਸਾਲ ਤੋਂ ਵੱਧ, ਚਾਹੇ ਵਿਅਕਤੀ ਦੀ ਉਮਰ 70 ਸਾਲ ਹੈ, 80 ਸਾਲ ਹੈ ਜਾਂ ਇਸ ਤੋਂ ਵੀ ਵੱਧ ਹੈ, ਕੋਈ ਵੀ ਵਿਅਕਤੀ ਇਸ ਵਿੱਚ ਭਾਗ ਲੈ ਸਕਦਾ ਹੈ। ਤੇ ਇਹ ਤੁਸੀਂ ਕਿਸ ਤਰ੍ਹਾਂ ਪਹੁੰਚਦੀਆਂ ਕਰਨੀਆਂ ਹਨ, ਜਾਂ ਤੁਸੀਂ ਈਮੇਲ ਕਰ ਸਕਦੇ ਹੋ ਜਾਂ WhatsApp ਦੇ ਜ਼ਰੀਏ ਭੇਜ ਸਕਦੇ ਹੋ। ਕਈਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਪਿਊਟਰ ਤੇ ਟਾਈਪ ਕਰਨੀ ਆਉਂਦੀ ਹੈ ਤਾਂ ਉਹ ਟਾਈਪ ਕਰ ਸਕਦੇ ਨੇ। ਅਸੀਸ, ਯੂਨੀਕੋਡ, ਜੁਆਏ, ਗੁਰਮੁਖੀ, ਜਿਹੜੀ ਵੀ ਫੌਂਟ ਦੇ ਵਿੱਚ ਤੁਹਾਨੂੰ ਠੀਕ ਲੱਗਦਾ ਤੁਸੀਂ ਟਾਈਪ ਕਰਕੇ ਈਮੇਲ ਕਰ ਸਕਦੇ ਹੋ। ਈਮੇਲ ਦਾ ਪਤਾ ਵੀ ਮੈਂ ਦੱਸ ਦਿਆਂਗਾ, jagjeetmehmi@gmail.com, jagjeetmehmi@gmail.com, ਇਹਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ WhatsApp ਦੇ ਜ਼ਰੀਏ ਵੀ ਭੇਜ ਸਕਦੇ ਹੋ। ਕਈਆਂ ਨੂੰ ਅੱਜ ਕੱਲ੍ਹ ਹਰ ਮੋਬਾਈਲ ਦੇ ਵਿੱਚ ਐਪ ਦੇ ਜ਼ਰੀਏ ਤੁਸੀਂ ਯੂਨੀਕੋਡ ਫੌਂਟ ਦੇ ਵਿੱਚ ਲਿਖ ਸਕਦੇ ਹੋ ਤੇ ਉਹਨੂੰ ਲਿਖ ਕੇ WhatsApp ਦੇ ਜ਼ਰੀਏ ਭੇਜ ਸਕਦੇ ਹੋ। 99 88 00 35 32 ਮੋਬਾਈਲ ਨੰਬਰ 'ਤੇ, ਇਸ ਨੰਬਰ 'ਤੇ ਤੁਸੀਂ ਕੋਈ ਹੋਰ ਜਾਣਕਾਰੀ ਵੀ ਲੈਣਾ ਚਾਹੋ ਤਾਂ ਲੈ ਸਕਦੇ ਹੋ। ਤੇ ਇਹ ਇਸ ਦੇ ਵਿੱਚ ਜਿੰਨੇ ਲੋਕ ਵੀ ਮਿੰਨੀ ਕਹਾਣੀਆਂ ਭੇਜਣਗੇ ਹਰ ਇੱਕ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਅਤੇ ਤਿੰਨੇ ਗਰੁੱਪਾਂ ਦੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਨੂੰ
इनाम दिते जाणगे। जिन्हां दीआं कहानियां बहुत वधिया होणगीआं उन्हां नूं पब्लिश भी किया जाएगा। तो इस गल का जरूर ध्यान रखियो कि मिनी कहानी मिनी ही होवे, उहदे विच बहुत ज़्यादा मतलब इदां ना होवे कि तुसीं कहानी भेज दिओ ते तुसीं इह कहो कि इह मिनी कहानी है। तुहानूं पता होना चाहिए कि कहानी ते मिनी कहानी च फर्क हुंदा है। तो कई बार असीं की वी अखबार दे विच कोई दसी हुई लिखी हुई घटना कोई खबर हुंदी है जां फिर किसी की सुनाई हुई कोई गल हुंदी है तां असीं उसनूं मिनी कहानी समझ लैंदे हां। कई बार कोई चुटकले नूं भी असीं मिनी कहानी समझ लैंदे हां। सो मिनी कहानी जिहड़ी है बहुत ही संखेप दे विच कोई सिख्यात्मक हुंदी है, कोई ना कोई सिक्ख्या दित्ती हुंदी है, कटाक्ष दे रूप च एकदम चंग्याड़ी दे वांग जिहड़ा है अपना नतीजा दे के जांदी है। सो इस तरह दीआं मिनी कहानियां दी उम्मीद करदे हां कि तुसीं भेजोगे कि वध तों वध लोक इस दे विच भाग लैणगे, कहानियां भेजणगे। तो 30 अप्रैल तक तुसीं इह कहानियां भेजणियां ने। तो 30 अप्रैल तो बाद जिन्नी जल्दी हो सके असीं इस नूं इन्हां कहानियां दा मुलांकण करके बहुत ही छेती तुहानूं नतीजे दे देवांगे। एक गल होर, जदों भी कोई प्रतियोगी अपनी मिनी कहानी भेजेगा तां उस दे नाल अपना नां, अपने घर दा पता, अपनी उम्र, बिल्कुल जन्म मिति भेज दिती जावे तां कि सानूं बिल्कुल पता लग सके कि उम्र किन्नी है। ते जे किसे संस्था दे विच ओ व्यक्ति पढ़दा है तां उहदे स्कूल जां कॉलेज दा नां ते उहदी जमात कि किस जमात विच पढ़दा है, ते इह सारियां जिहड़ियां चीज़ां ने, ते अपना ईमेल अते मोबाइल नंबर, इह चीज़ां जरूर भेजियो। धन्नवाद।